ਸਤਿ ਸ਼੍ਰੀ ਅਕਾਲ ਜੀ, ਕੈਂਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਫਰੰਟਲਾਈਨ ਵਰਕਰਾਂ ਲਈ ਛੇਤੀ ਪੈਨਸ਼ਨ ਨਿਯੁਕਤਾਂ ਨੂੰ ਵਧਾਉਣ ਦੀ ਬਣਾਈ ਯੋਜਨਾ। ਇਸ ਸਾਲ ਫਾਲ ਸੀਜ਼ਨ ਦੇ ਵਿੱਚ ਵਿਧਾਨਕ ਬਦਲਾਅ ਕੀਤਾ ਜਾਵੇਗਾ ਪੇਸ਼। ਪੇਂਡੂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰੇਗੀ ਸਰਕਾਰ। ਨਗਰ ਪਾਲਿਕਾਵਾਂ ਨੂੰ ਵੀ ਮਿਲਣਗੀਆਂ ਗ੍ਰਾਂਟਾਂ। ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਦੇ ਵਿੱਚ ਹੋ ਸਕਦੀਆਂ ਨੇ ਤਬਦੀਲੀਆਂ। ਵੱਡੀ ਗਿਣਤੀ ਦੇ ਵਿੱਚ ਪ੍ਰਭਾਵਿਤ ਹੋਣਗੇ ਭਾਰਤੀ ਵਿਦਿਆਰਥੀ। ਵਾਈਟ ਹਾਊਸ ਪਹੁੰਚਿਆ ਅੰਮ੍ਰਿਤਪਾਲ ਦੀ ਰਿਹਾਈ ਦਾ ਮੁੱਦਾ। ਕਮਲਾ ਹੈਰਿਸ ਦੇ ਨਾਲ ਅਟਾਰਨੀ ਜਸਪ੍ਰੀਤ ਨੇ ਕੀਤੀ ਮੁਲਾਕਾਤ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸਰਕਾਰ ਕੁਝ ਫਰੰਟਲਾਈਨ ਵਰਕਰਾਂ ਲਈ ਛੇਤੀ ਪੈਨਸ਼ਨ ਨਿਯੁਕਤਾਂ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਓਟਵਾ ਵਿੱਚ ਖਜ਼ਾਨਾ ਬੋਰਡ ਦੀ ਪ੍ਰਧਾਨ ਅਨੀਤਾ ਆਨੰਦ ਨੇ ਅੱਗ ਬੁਝਾਉਣ ਵਾਲੇ ਪਰਮੈਡਿਕਸ ਅਤੇ ਬਾਰਡਰ ਸਰਵਿਸਿਸ ਅਫਸਰਾਂ ਸਮੇਤ ਕੁਝ ਫਰੰਟਲਾਈਨ ਕਰਮਚਾਰੀਆਂ ਲਈ ਛੇਤੀ ਪੈਨਸ਼ਨ ਨਿਯੁਕਤਾਂ ਨੂੰ ਵਧਾਉਣ ਲਈ ਫੈਡਰਲ ਸਰਕਾਰ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਸਰਕਾਰ ਵਿਸਥਾਰ ਨੂੰ ਲਾਗੂ ਕਰਨ ਲਈ 2025 ਦੇ ਫਾਲ ਸੀਜ਼ਨ ਵਿੱਚ ਵਿਧਾਨਕ ਬਦਲਾਅ ਪੇਸ਼ ਕਰੇਗੀ। ਖਜ਼ਾਨਾ ਬੋਰਡ ਦੀ ਪ੍ਰਧਾਨ ਅਨੀਤਾ ਆਨੰਦ ਨੇ ਬੀਤੇ ਦਿਨ ਓਟਵਾ ਵਿੱਚ ਘੋਸ਼ਣਾ ਕੀਤੀ ਕਿ ਸੰਘੀ ਸਰਕਾਰ ਦੀ ਯੋਜਨਾ ਹੋਰ ਫਰੰਟਲਾਈਨ ਕਰਮਚਾਰੀਆਂ ਲਈ ਛੇਤੀ ਪੈਨਸ਼ਨ ਨਿਯੁਕਤਾ ਦਾ ਵਿਸਥਾਰ ਕਰਨ ਦੀ ਹੈ। ਬਿਆਨ ਦੇ ਵਿੱਚ ਆਨੰਦ ਨੇ ਕਿਹਾ ਕਿ ਸਰਕਾਰ ਇਸ ਫਾਲ ਸੀਜ਼ਨ ਵਿੱਚ ਵਿਧਾਨਕ ਤਬਦੀਲੀਆਂ ਪੇਸ਼ ਕਰੇਗੀ, ਜਿਸ ਨਾਲ ਵਧੇਰੇ ਜਨਤਕ ਸੁਰੱਖਿਆ ਕਰਮਚਾਰੀਆਂ ਨੂੰ ਉਹਨਾਂ ਦੀ ਪੈਨਸ਼ਨ ਵਿੱਚ ਕਟੌਤੀ ਕੀਤੇ ਬਿਨਾਂ 25 ਸਾਲ ਦੀ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਣ ਦੀ ਆਗਿਆ ਮਿਲੇਗੀ। ਆਨੰਦ ਨੇ ਇਹ ਵੀ ਕਿਹਾ ਹੈ ਕਿ ਇਹ ਕਦਮ ਦਸੰਬਰ ਵਿੱਚ ਪਬਲਿਕ ਸਰਵਿਸ ਪੈਨਸ਼ਨ ਐਡਵਾਈਜ਼ਰੀ ਕਮੇਟੀ ਦੀਆਂ ਸਿਫਾਰਸ਼ਾਂ ਦੇ ਜਵਾਬ ਵਿੱਚ ਲਿਆ ਗਿਆ ਹੈ। ਯੋਗ ਕਰਮਚਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸੰਘੀ ਅਤੇ ਖੇਤਰੀ ਅੱਗ ਬੁਝਾਉਣ ਵਾਲੇ ਅਤੇ ਖੇਤਰੀ ਸੁਧਾਰ ਸੇਵਾ ਦੇ ਕਰਮਚਾਰੀ ਅਤੇ ਪੈਰਾ ਮੈਡੀਕਲ ਸ਼ਾਮਿਲ ਹੋਣਗੇ। ਸੰਘੀ ਸਰਹੱਦੀ ਕਰਮਚਾਰੀ, ਸੰਸਦੀ ਸੁਰੱਖਿਆ ਅਧਿਕਾਰੀ ਅਤੇ ਖੋਜ ਅਤੇ ਬਚਾਅ ਟੈਕਨੀਸ਼ੀਅਨ ਨੂੰ ਵੀ ਵਿਸਥਾਰ ਵਿੱਚ ਸ਼ਾਮਿਲ ਕੀਤੇ ਜਾਣ ਦੀ ਉਮੀਦ ਹੈ। ਫਰਮ ਫਾਇਰ ਫਾਈਟਰਸ ਕਨਫਰੰਟਿੰਗ ਵਾਈਲਡ ਫਾਇਰਸ ਟੂ ਪੈਰਾਮੈਡਿਕਸ ਹੈਲਪਿੰਗ ਕੀਪ ਕਮਿਊਨਿਟੀ ਸੇਫ ਟੂ ਬਾਰਡਰ ਸਰਵਿਸਿਸ ਆਫੀਸਰਸ ਮੇਨਟੇਨਿੰਗ ਦ ਸੇਫ ਫਲੋ ਆਫ ਪੀਪਲ and products across the borders. These frontline workers play crucial roles and they deserve a pension plan that reflects the demanding nature of their safety and security responsibilities. On December 21st, 2023, I received a recommendation from the Public Service Pension Advisory Committee on expanding the eligibility for early retirement to occupational groups who promote the safety and the security of. Today, following careful consideration over many months, I am announcing that in the fall of 2024, we will introduce legislative changes to expand the eligibility for early pensions, specifically to frontline employees in the following groups: firefighters, paramedics, correctional service employees, border services officers, parliamentary protection officers, and search and rescue technicians. These proposed changes will provide consistency to how the pension plan recognizes the demanding nature of day-to-day duties for these occupational groups who have an absolutely critical role in promoting and protecting the safety and security of the population of our country. ਕਰੈਕਸ਼ਨਲ ਸਰਵਿਸ ਕੈਨੇਡਾ ਦੇ ਫਰੰਟਲਾਈਨ ਕਰਮਚਾਰੀ ਪਹਿਲਾਂ ਹੀ ਜਲਦੀ ਰਿਟਾਇਰਮੈਂਟ ਲਈ ਯੋਗ ਨੇ। ਇਸੇ ਤਰ੍ਹਾਂ ਦੇ ਪ੍ਰਬੰਧ ਕੈਨੇਡੀਅਨ ਆਰਮਡ ਫੋਰਸਿਸ ਅਤੇ RCMP ਦੇ ਮੈਂਬਰਾਂ ਲਈ ਵੀ ਉਪਲਬਧ ਨੇ।
ਆਨੰਦ ਦੇ ਅਨੁਸਾਰ ਛੇਤੀ ਸੇਵਾ ਮੁਕਤੀ ਦੀ ਯੋਗਤਾ ਨੂੰ ਵਧਾਉਣ ਤੇ ਸਰਕਾਰ ਨੂੰ $75 ਮਿਲੀਅਨ ਦਾ ਖਰਚਾ ਆਉਣ ਦੀ ਉਮੀਦ ਹੈ। ਨਾਲ ਹੀ ਲਗਭਗ $21 ਮਿਲੀਅਨ ਦੀ ਚੱਲ ਰਹੀ ਸਾਲਾਨਾ ਲਾਗਤ ਵੀ ਆਵੇਗੀ। ਬਹੁਤੇ ਫੈਡਰਲ ਪਬਲਿਕ ਸਰਵੈਂਟ 60 ਜਾਂ 65 ਸਾਲ ਜਾਂ ਇਸ ਤੋਂ ਪਹਿਲਾਂ ਜੇ ਉਹਨਾਂ ਦੇ ਕੋਲ 30 ਸਾਲ ਦੀ ਪੈਨਸ਼ਨ ਯੋਗ ਸੇਵਾ ਹੈ ਤਾਂ ਬਿਨਾਂ ਜੁਰਮਾਨੇ ਦੇ ਰਿਟਾਇਰ ਹੋ ਸਕਦੇ ਨੇ। ਅਲਬਰਟਾ ਸਰਕਾਰ ਪੇਂਡੂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰੇਗੀ। ਆਵਾਜਾਈ ਅਤੇ ਆਰਥਿਕ ਗਲਿਆਰਿਆਂ ਦੇ ਮੰਤਰੀ ਡੇਵਿਡ ਡਰਸ਼ਨ ਨੇ ਪੇਂਡੂ ਭਾਈਚਾਰਿਆਂ ਵਿੱਚ ਮਿਊਂਸਪਲ ਆਵਾਜਾਈ ਅਤੇ ਗੰਦੇ ਪਾਣੀ ਦੇ ਬੁਨਿਆਦੀ ਢਾਂਚੇ ਲਈ ਫੰਡ ਦੇਣ ਦਾ ਐਲਾਨ ਕੀਤਾ। ਅਲਬਰਟਾ ਦੀ ਸਰਕਾਰ ਨਵੀਆਂ ਸੜਕਾਂ, ਪੁਲਾਂ, ਕਮਿਊਨਿਟੀ ਹਵਾਈ ਅੱਡਿਆਂ ਅਤੇ ਪਾਣੀ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ ਪੇਂਡੂ ਅਤੇ ਦੂਰ ਦੁਰਾਡੇ ਦੀਆਂ ਨਗਰਪਾਲਿਕਾਵਾਂ ਨੂੰ ਗ੍ਰਾਂਟਾਂ ਪ੍ਰਦਾਨ ਕਰ ਰਹੀ ਹੈ। $236 ਮਿਲੀਅਨ ਡਾਲਰ ਤੋਂ ਵੱਧ ਦੀ ਗ੍ਰਾਂਟ ਅਲਬਰਟਾ ਵਿੱਚ ਛੋਟੇ ਅਤੇ ਪੇਂਡੂ ਭਾਈਚਾਰਿਆਂ ਵਿੱਚ 125 ਸਥਾਨਕ ਆਵਾਜਾਈ ਅਤੇ ਪਾਣੀ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਸਮਰਥਨ ਕਰੇਗੀ ਜੋ ਸੈਂਕੜੇ ਨੌਕਰੀਆਂ ਪੈਦਾ ਕਰਨਗੇ ਅਤੇ ਵੱਧ ਰਹੇ ਭਾਈਚਾਰਿਆਂ ਦਾ ਸਮਰਥਨ ਕਰਨਗੇ। ਇਹ ਫੰਡਿੰਗ ਇਹ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ ਕਿ ਅਲਬਰਟਾ ਭਾਈਚਾਰਿਆਂ ਕੋਲ ਹੋਰ ਨਿਵੇਸ਼ ਆਕਰਸ਼ਿਤ ਕਰਨ ਅਤੇ ਯਾਤਰਾ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਸੁਰੱਖਿਅਤ ਅਤੇ ਕੁਸ਼ਲ ਸਥਾਨਕ ਸੜਕਾਂ, ਪੁਲ ਅਤੇ ਕਮਿਊਨਿਟੀ ਹਵਾਈ ਅੱਡੇ ਹੋਣ। ਫੰਡਿੰਗ ਰਣਨੀਤਿਕ ਆਵਾਜਾਈ ਬੁਨਿਆਦੀ ਢਾਂਚਾ ਪ੍ਰੋਗਰਾਮ, ਅਲਬਰਟਾ ਮਿਊਂਸਪਲ ਵਾਟਰ ਵੇਸਟ ਵਾਟਰ ਪਾਰਟਨਰਸ਼ਿਪ ਅਤੇ ਵਾਟਰ ਫਾਰ ਲਾਈਫ ਪ੍ਰੋਗਰਾਮ ਰਾਹੀਂ ਮੰਡੀ ਜਾਵੇਗੀ। STIP ਸਥਾਨਕ ਸੜਕ ਪੁਲਾਂ, ਕਮਿਊਨਿਟੀ ਹਵਾਈ ਅੱਡਿਆਂ ਅਤੇ ਸਥਾਨਕ ਸਰੋਤ ਸੜਕਾਂ ਦੀ ਸਾਂਭ ਸੰਭਾਲ ਅਤੇ ਸੁਧਾਰ ਕਰਨ ਲਈ ਛੋਟੀਆਂ ਅਤੇ ਪੇਂਡੂ ਨਗਰਪਾਲਿਕਾਵਾਂ ਨੂੰ ਗ੍ਰਾਂਟਾਂ ਪ੍ਰਦਾਨ ਕਰਦਾ ਹੈ। ਕੁੱਲ 86 ਸਥਾਨਕ ਸੜਕ ਪੁਲ ਅਤੇ ਕਮਿਊਨਿਟੀ ਏਅਰਪੋਰਟ ਪ੍ਰੋਜੈਕਟਾਂ ਨੂੰ ਇਸ ਸਾਲ STIP ਦੇ ਤਹਿਤ ਫੰਡ ਪ੍ਰਾਪਤ ਹੋ ਰਹੇ ਨੇ। ਇਹਨਾਂ ਵਿੱਚ ਰੈੱਡ ਡੀਅਰ ਕਾਊਂਟੀ ਵਿੱਚ ਬਿਗ ਬੈਂਡ ਏਅਰਪੋਰਟ 'ਤੇ ਇੱਕ ਰਨਵੇਅ ਪੇਵਿੰਗ ਪ੍ਰੋਜੈਕਟ ਲਈ $9,06,000 ਦੀ ਗ੍ਰਾਂਟ, ਈਸਟ ਪ੍ਰੇਰੀ ਮੈਟ ਸੈਟਲਮੈਂਟ ਵਿੱਚ ਇੱਕ ਪੁਲ ਬਦਲਣ ਲਈ $4.8 ਮਿਲੀਅਨ ਦੀ ਗ੍ਰਾਂਟ ਅਤੇ ਰੇਂਜ ਰੋਡ 92 ਅਤੇ ਟਾਊਨਸ਼ਿਪ ਰੋਡ 730 ਦੇ ਸੁਧਾਰਾਂ ਲਈ $2.4 ਮਿਲੀਅਨ ਗ੍ਰਾਂਟ ਸ਼ਾਮਿਲ ਹੈ। ਇਸ ਸਾਲ ਅਲਬਰਟਾ ਵਿੱਚ ਛੋਟੇ ਅਤੇ ਪੇਂਡੂ ਭਾਈਚਾਰਿਆਂ ਵਿੱਚ 39 ਪਾਣੀ ਅਤੇ ਗੰਦੇ ਪਾਣੀ ਦੇ ਪ੍ਰੋਜੈਕਟਾਂ ਲਈ ਫੰਡ ਮੁਹੱਈਆ ਕਰਵਾਏ ਜਾ ਰਹੇ ਨੇ। And I'm pleased to announce that we have approved $66 million in additional STIP grants, which will support 86 different road, bridge, community, airport projects all across the province. Now, we know this funding is critical to ensure Alberta communities have safe and efficient local infrastructure to help attract investment and also to improve travel for residents. For example, here in Brazeau County, the $450,000 STIP grant to support the rehabilitation of the Lindale-Marseille Bridge just behind me on Township Road 494, just east of Range Road 50. Now, this bridge provides a link between Drayton Valley and Lindale. Now, other approved STIP grants include more than $2 million to Parkland County for a culvert replacement project on Township Road 510 and Shoal Lake Creek. Once complete, this project will improve travel for people near Tomahawk, as well as the farming and oil extraction operations that operate in that area. Now, in other parts of the province, we are providing over $900,000 to a grant to Red Deer County for a runway paving project at the Big Ben Airport near Innisfail. And in northern Alberta, we are providing $4.8 million STIP grant for a bridge replacement at the East Prairie Métis Settlement, and $7.2 million for Range Road 92 and Township Road 730 improvements in Grand Prairie County. Now, as well, the $2.8 million grant is being provided for a highway service road near Valley View,
which will improve the road surface and durability to support an expected increase in traffic due to a new roundabout planned for the intersections of Highway 43 and 49. Now, we've also committed significant funding to support water and wastewater infrastructure projects in rural Alberta. We've increased our funding commitment for the Water for Life program, $237 million allocated over 3 years, which is a $64 million increase compared to last budget. Now, for Alberta Municipal Water Wastewater Partnership, we've also dedicated $207 million over the next 3 years. Now, these programs help ensure Alberta communities have reliable access to clean drinking water and effective wastewater services to support Albertans, industry, and agriculture. And we've also approved $170 million in additional grants, which will support 39 water and wastewater projects in small and rural communities across the province. Alberta Municipal Water Wastewater Partnership ਦੇ ਤਹਿਤ ਮਨਜ਼ੂਰ ਸ਼ੁਦਾ ਪ੍ਰੋਜੈਕਟਾਂ ਵਿੱਚ ਕੋਲਡੇਲ ਤੇ ਟਾਊਨ ਨੂੰ ਇੱਕ ਨਵੇਂ ਟ੍ਰੀਟਿਡ ਸਰੋਵਰ ਅਤੇ ਪੰਪ ਸਟੇਸ਼ਨ ਲਈ $4.5 million ਦੀ ਗ੍ਰਾਂਟ, ਮੌਜੂਦਾ ਸਮਰੱਥਾ ਅਤੇ ਅੱਗ ਨੂੰ ਹੱਲ ਕਰਨ ਲਈ ਇੱਕ ਨਵੇਂ ਸਰੋਵਰ ਲਈ ਡਿਡਿਸਬਰੀ ਕਸਬੇ ਨੂੰ $2.5 million ਦੀ ਗ੍ਰਾਂਟ ਵੀ ਇਸ ਵਿੱਚ ਸ਼ਾਮਿਲ ਹੈ। ਟਾਊਨ ਦੇ ਮੌਜੂਦਾ ਸਿਸਟਮ ਦੇ ਨਾਲ ਕਮੀਆਂ ਦੇ ਨਾਲ ਲੜਨਾ ਅਤੇ ਇੱਕ ਪੀਣਯੋਗ ਪਾਣੀ ਦੀ ਪਾਈਪਲਾਈਨ ਅਤੇ ਸਰੋਵਰ ਅਪਗ੍ਰੇਡ ਲਈ ਪਿੰਡ ਸਟਰਲਿੰਗ ਨੂੰ $2.5 million ਦੀ ਗ੍ਰਾਂਟ ਇਹ ਯਕੀਨੀ ਬਣਾਉਣ ਲਈ ਦਿੱਤੀ ਜਾ ਰਹੀ ਹੈ ਕਿ ਕਮਿਊਨਿਟੀ ਦੀ ਸਾਫ਼ ਪੀਣ ਵਾਲੇ ਪਾਣੀ ਤੱਕ ਭਰੋਸੇਯੋਗ ਪਹੁੰਚ ਹੋ ਸਕੇ। ਕੈਨੇਡੀਅਨ ਸਰਕਾਰ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਯੋਜਨਾ ਨੂੰ ਗ੍ਰੈਜੂਏਟਾਂ ਤੱਕ ਸੀਮਿਤ ਕਰ ਸਕਦੀ ਹੈ। ਕੈਨੇਡਾ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ 'ਚ ਤਬਦੀਲੀਆਂ ਹੋ ਸਕਦੀਆਂ ਨੇ, ਜਿਸ ਨਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ 'ਤੇ ਅਸਰ ਪਵੇਗਾ। ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਸਕੀਮ ਵਿੱਚ ਕਈ ਵੱਡੇ ਬਦਲਾਅ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਕੈਨੇਡਾ ਨਿਯਮ ਸਖ਼ਤ ਕਰਨ ਜਾ ਰਿਹਾ ਹੈ, ਜਿਸ ਤੋਂ ਬਾਅਦ ਹਰ ਕਿਸੇ ਲਈ ਵਰਕ ਪਰਮਿਟ ਲੈਣਾ ਸੌਖਾ ਨਹੀਂ ਹੋਵੇਗਾ। ਕੈਨੇਡਾ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ, ਜੋ ਕੁਝ ਸੰਸਥਾਵਾਂ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਅਸਥਾਈ ਤੌਰ 'ਤੇ ਕੰਮ ਕਰਨ ਲਈ ਕੈਨੇਡਾ 'ਚ ਰਹਿਣ ਦੀ ਇਜਾਜ਼ਤ ਦਿੰਦਾ ਹੈ, ਉਸ ਵਿੱਚ ਤਬਦੀਲੀਆਂ ਹੋ ਸਕਦੀਆਂ ਨੇ, ਜਿਸ ਨਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਪ੍ਰਭਾਵਿਤ ਹੋ ਸਕਦੇ ਨੇ। ਪਰਮਿਟ ਦੀ ਮਿਆਦ ਅਧਿਐਨ ਪ੍ਰੋਗਰਾਮ ਦੇ ਪੱਧਰ ਅਤੇ ਮਿਆਦ ਜਾਂ ਵਿਦਿਆਰਥੀ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਦੀ ਮਿਤੀ, ਜੋ ਵੀ ਪਹਿਲਾਂ ਆਉਂਦੀ ਹੈ, ਉਸ 'ਤੇ ਨਿਰਭਰ ਕਰਦੀ ਹੈ। ਵਿਦਿਆਰਥੀਆਂ ਨੂੰ ਕੁਝ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ, ਜਿਸ ਵਿੱਚ ਇੱਕ ਨਿਰਧਾਰਿਤ ਸਿਖਲਾਈ ਸੰਸਥਾ ਯਾਨੀ ਕਿ DLI 'ਚ ਇੱਕ ਪੂਰੇ ਸਮੇਂ ਦਾ ਵਿਦਿਆਰਥੀ ਹੋਣਾ ਅਤੇ ਘੱਟੋ ਘੱਟ 18 ਸਾਲ ਦਾ ਹੋਣਾ ਸ਼ਾਮਿਲ ਹੈ। ਕੈਨੇਡੀਅਨ ਸਰਕਾਰ ਹੁਣ PGWP ਯਾਨੀ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਯੋਗਤਾ ਨੂੰ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਨਾਲ ਜੋੜਨ ਅਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਧਾਰਕਾਂ ਦੀ ਸਮੁੱਚੀ ਮਾਤਰਾ ਨੂੰ ਘਟਾਉਣ 'ਤੇ ਵਿਚਾਰ ਕਰ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਯੋਜਨਾ ਗ੍ਰੈਜੂਏਟਾਂ ਤੱਕ ਸੀਮਿਤ ਹੋ ਸਕਦੀ ਹੈ, ਜੋ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਖੇਤਰਾਂ 'ਚ ਕੰਮ ਕਰਨਗੇ। ਸਰਕਾਰ ਦਾ ਟੀਚਾ January 2025 ਤੱਕ ਇਹਨਾਂ ਤਬਦੀਲੀਆਂ ਨੂੰ ਲਾਗੂ ਕਰਨਾ ਹੈ। ਜੇ ਇਹ ਤਬਦੀਲੀਆਂ ਲਾਗੂ ਕੀਤੀਆਂ ਜਾਂਦੀਆਂ ਨੇ ਤਾਂ ਭਾਰਤੀ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋ ਸਕਦੇ ਨੇ, ਕਿਉਂਕਿ ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥੀ ਇੱਕ ਵੱਡੀ ਮਾਤਰਾ ਦੇ ਵਿੱਚ ਪੜ੍ਹ ਰਹੇ ਨੇ ਜਾਂ ਫਿਰ ਕੰਮਕਾਜ ਕਰ ਰਹੇ ਨੇ। ਮਾਹਰਾਂ ਦੇ ਵੱਲੋਂ ਸੁਝਾਅ ਦਿੱਤਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਤੇ ਵੀਜ਼ਾ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਆਮ ਕੋਰਸਾਂ ਦੀ ਬਜਾਏ ਹੁਨਰ ਆਧਾਰਿਤ ਵਿਸ਼ੇਸ਼ ਪ੍ਰੋਗਰਾਮਾਂ ਦੀ ਚੋਣ ਕਰਨੀ ਚਾਹੀਦੀ ਹੈ। ਸਿਫਾਰਿਸ਼ ਕੀਤੇ ਖੇਤਰਾਂ 'ਚ ਅਕਾਊਂਟੈਂਸੀ, ਰਸੋਈ ਕਲਾਵਾਂ, ਵਿਗਿਆਨ, ਬੈਂਕਿੰਗ, ਨਰਸਿੰਗ, ਇੰਜੀਨੀਅਰਿੰਗ, IT, ਬਾਇਓਸਾਇੰਸ, ਮਾਰਕੀਟਿੰਗ ਅਤੇ ਪ੍ਰਬੰਧਨ, ਮਨੁੱਖੀ ਸਰੋਤ, ਆਰਟੀਫਿਸ਼ੀਅਲ ਇੰਟੈਲੀਜੈਂਸ,
ਬਿਜ਼ਨਸ ਇੰਟੈਲੀਜੈਂਸ, ਕਲਾਊਡ ਆਰਕੀਟੈਕਚਰ, ਸੁਰੱਖਿਆ ਵਿਸ਼ਲੇਸ਼ਣ ਅਤੇ ਫਾਰਮੇਸੀ ਸ਼ਾਮਿਲ ਨੇ। ਹਾਲਾਂਕਿ ਕੁਝ ਆਲੋਚਕ ਇਹ ਵੀ ਦਲੀਲ ਦਿੰਦੇ ਨੇ ਕਿ ਅਜਿਹੀਆਂ ਤਬਦੀਲੀਆਂ ਇੱਕ ਕੌਮਾਂਤਰੀ ਅਧਿਐਨ ਮੰਜ਼ਿਲ ਵਜੋਂ ਕੈਨੇਡਾ ਦੀ ਸਾਖ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਅਤੇ ਹੁਨਰਮੰਦ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੀ ਇਸ ਦੀ ਯੋਗਤਾ ਨੂੰ ਕਮਜ਼ੋਰ ਕਰ ਸਕਦੀਆਂ ਨੇ। ਮਾਹਿਰਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਕਦਮ ਨਾਲ ਦੇਸ਼ ਦੇ ਚੋਟੀ ਦੇ ਨਿਰਯਾਤ ਖੇਤਰਾਂ 'ਚੋਂ ਇੱਕ ਨੂੰ ਜੋਖਮ ਪੈਦਾ ਹੋ ਸਕਦਾ ਹੈ ਅਤੇ ਉਦਯੋਗ ਨੂੰ ਠੀਕ ਹੋਣ 'ਚ ਕਈ ਸਾਲ ਲੱਗ ਸਕਦੇ ਨੇ। ਦੱਸ ਦਈਏ ਕਿ ਪ੍ਰਿੰਸ ਐਡਵਰਡ ਆਈਲੈਂਡ ਦੇ ਸ਼ਾਰਲਟ ਟਾਊਨ ਦੇ ਵਿੱਚ ਪਹਿਲਾਂ ਹੀ ਕੁਝ ਵਿਦਿਆਰਥੀਆਂ ਅਤੇ ਕੱਚੇ ਕਾਮਿਆਂ ਦੇ ਵੱਲੋਂ ਨਿਰੰਤਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਭੁੱਖ ਹੜਤਾਲਾਂ ਵੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸਰਕਾਰ ਦੇ ਵੱਲੋਂ ਵਰਕ ਪਰਮਿਟ ਦੀ ਮਿਆਦ ਵਧਾਉਣ ਤੋਂ ਨਾ ਕਰ ਦਿੱਤੀ ਗਈ ਹੈ ਅਤੇ ਸਖ਼ਤ ਨਿਯਮ ਲਾਗੂ ਕਰ ਦਿੱਤੇ ਗਏ ਨੇ, ਜਿਸ ਤੋਂ ਬਾਅਦ ਕਾਮਿਆਂ ਨੇ ਇਹ ਮੰਗ ਕੀਤੀ ਹੈ ਕਿ ਵਰਕ ਪਰਮਿਟ ਦੇ ਵਿੱਚ ਮਿਆਦ ਵਧਾਈ ਜਾਵੇ ਅਤੇ ਉਹਨਾਂ ਨੂੰ ਇੱਥੇ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ। ਅਜਿਹੇ ਦੇ ਵਿੱਚ ਸਰਕਾਰ ਨੇ ਇੱਕ ਹੋਰ ਫੈਸਲੇ 'ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਵੇਖਣਾ ਹੋਵੇਗਾ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਵਿਦਿਆਰਥੀਆਂ ਦੇ ਵੱਲੋਂ ਕੀ ਅਹਿਮ ਕਦਮ ਚੁੱਕੇ ਜਾਂਦੇ ਨੇ ਅਤੇ ਸਰਕਾਰ ਦੇ ਨਾਲ ਕੀ ਸਹਿਮਤੀ ਬਣਦੀ ਹੈ। ਐਮਪੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਭਾਖਦਾ ਹੋਇਆ ਵਿਖਾਈ ਦੇ ਰਿਹਾ ਹੈ। ਅਮਰੀਕਾ ਦੇ ਉੱਘੇ ਅਟਾਰਨੀ ਜਸਪ੍ਰੀਤ ਸਿੰਘ ਦੇ ਵੱਲੋਂ ਅੰਮ੍ਰਿਤਪਾਲ ਦੀ ਰਿਹਾਈ ਦਾ ਮੁੱਦਾ ਵਾਈਟ ਹਾਊਸ ਦੇ ਵਿੱਚ ਵੀ ਲਿਜਾਂਦਾ ਗਿਆ। ਜਸਪ੍ਰੀਤ ਸਿੰਘ ਨੇ ਕਮਲਾ ਹੈਰਿਸ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਘੱਟੋ ਘੱਟ 20 ਕਾਂਗਰਸ ਮੈਨਾਂ ਦੇ ਨਾਲ ਮੁਲਾਕਾਤ ਕਰਕੇ ਅੰਮ੍ਰਿਤਪਾਲ ਦੀ ਰਿਹਾਈ ਦੇ ਲਈ ਭਾਰਤ ਸਰਕਾਰ 'ਤੇ ਦਬਾਅ ਪਾਉਣ ਵਾਸਤੇ ਯੋਜਨਾ ਵੀ ਬਣਾਈ ਹੈ। ਅਮਰੀਕਾ ਦੇ ਉੱਘੇ ਅਟਾਰਨੀ ਜਸਪ੍ਰੀਤ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਸੰਸਦ ਮੈਂਬਰ ਦੀ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਵਾਈਟ ਹਾਊਸ ਪਹੁੰਚੇ। ਜਸਪ੍ਰੀਤ ਸਿੰਘ ਵਾਈਟ ਹਾਊਸ ਵਿੱਚ ਅਮਰੀਕਾ ਦੀ ਉਪ ਰਾਸ਼ਟਰਪਤੀ ਭਾਰਤੀ ਮੂਲ ਦੀ ਕਮਲਾ ਹੈਰਿਸ ਤੋਂ ਸਮਾਂ ਮੰਗ ਕੇ ਮਿਲਣ ਲਈ ਪਹੁੰਚੇ ਸਨ। ਅਟਾਰਨੀ ਜਸਪ੍ਰੀਤ ਸਿੰਘ ਵਾਸ਼ਿੰਗਟਨ DC ਵਿਖੇ 20 ਤੋਂ ਵੱਧ ਸੈਨੇਟਰਾਂ ਅਤੇ ਕਾਂਗਰਸਮੈਨਾਂ ਨੂੰ ਅੰਮ੍ਰਿਤਪਾਲ ਦੀ ਰਿਹਾਈ ਦੇ ਵਾਸਤੇ ਵੀ ਮਿਲੇ। ਅਟਾਰਨੀ ਜਸਪ੍ਰੀਤ ਸਿੰਘ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਮਸਲੇ ਬਾਰੇ ਸੈਨੇਟਰਾਂ ਅਤੇ ਕਾਂਗਰਸਮੈਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਲਿਖਤੀ ਰੂਪ ਵਿੱਚ ਪੱਤਰ ਵੀ ਸੌਂਪਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਟਾਰਨੀ ਨੇ ਕਿਹਾ ਕਿ ਅੰਮ੍ਰਿਤਪਾਲ ਦੀ ਰਿਹਾਈ ਲਈ ਅਮਰੀਕਾ ਦੇ ਸੈਨੇਟਰ ਅਤੇ ਕਾਂਗਰਸਮੈਨ ਸਹਿਯੋਗ ਦੇ ਰਹੇ ਨੇ। ਜਸਪ੍ਰੀਤ ਸਿੰਘ ਵੱਲੋਂ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਸਦੇ ਸਾਥੀ ਜੋ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਅਤੇ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਪੂਰੇ ਗੁਰੂ ਘਰਾਂ ਦੀਆਂ ਕਮੇਟੀਆਂ, ਭਾਰਤੀ ਮੂਲ ਦੇ ਧਾਰਮਿਕ ਸਿਆਸੀ ਆਗੂ ਉਹਨਾਂ ਤੱਕ ਪਹੁੰਚ ਕਰਕੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਮਸਲੇ ਲਈ ਅੱਗੇ ਆਏ ਨੇ। ਜਿਨ੍ਹਾਂ ਸੰਸਦ ਮੈਂਬਰਾਂ ਅਤੇ ਕਾਂਗਰਸਮੈਨਾਂ ਨਾਲ ਅੰਮ੍ਰਿਤਪਾਲ ਦੀ ਰਿਹਾਈ ਸੰਬੰਧੀ ਉਹਨਾਂ ਨੇ ਮੁਲਾਕਾਤ ਕੀਤੀ ਉਹਨਾਂ ਵਿੱਚੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਮੁੱਖ ਸਲਾਹਕਾਰ ਸਿਧਾਰਥ ਅਈਅਰ, ਰੋ ਖੰਨਾ, ਐਲੈਕਸ ਪਡੀਲਾ, ਕਾਂਗਰਸ ਵੁਮੈਨ ਐਨਾ ਐਸ਼ੋ, ਕਾਂਗਰਸਮੈਨ ਟੈਡ ਲੀਓ, ਐਡਮਜ਼ ਸਿਫ, ਨੋਰਮਾ ਟੋਰੈਸ, ਜਿਮ ਕੋਸਟਾ, ਰੌਬ ਮੈਨੈਂਡਸ, ਬ੍ਰਾਇਡ ਸੈਰਮੈਨ, ਕੋਰੀ ਬੁੱਕਰ, ਸੈਨੇਟਰ ਨਿਊ ਜਰਸੀ ਆਦਿ ਵੀ ਸ਼ਾਮਿਲ ਸਨ। ਸੰਸਦ ਮੈਂਬਰਾਂ ਅਤੇ ਕਾਂਗਰਸਮੈਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਮਰੀਕਾ ਦੇ ਅਟਾਰਨੀ ਜਸਪ੍ਰੀਤ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਡੈਮੋਕਰੇਸੀ ਦਾ ਕਾਨ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਮੇਰਾ ਅਮਰੀਕਾ ਅਤੇ ਭਾਰਤ ਦੀ ਕਿਸੇ ਵੀ ਸਿਆਸੀ ਪਾਰਟੀ ਅਤੇ ਸਿਆਸਤ ਨਾਲ
ਕੋਈ ਸੰਬੰਧ ਨਹੀਂ ਹੈ ਅਤੇ ਨਾ ਹੀ ਮੈਂ ਸਿਆਸਤ ਵਿੱਚ ਆਉਣਾ ਚਾਹੁੰਦਾ ਹਾਂ ਅਤੇ ਨਾ ਮੈਂ ਕਦੇ ਇਸ ਬਾਰੇ ਸੋਚਿਆ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਸੰਵਿਧਾਨ ਅਨੁਸਾਰ ਹਜੇ ਤੱਕ ਸਹੁੰ ਚੁੱਕਣ ਦੀ ਆਗਿਆ ਕਿਉਂ ਨਹੀਂ ਦਿੱਤੀ ਗਈ। ਉਸਨੂੰ ਜੇਲ੍ਹ ਵਿੱਚ ਬੈਠੇ ਨੂੰ 1 ਸਾਲ ਤੋਂ ਉੱਤੇ ਦਾ ਸਮਾਂ ਹੋਣ ਦੇ ਬਾਵਜੂਦ ਚੋਣ ਕਮਿਸ਼ਨ ਨੇ ਚੋਣ ਲੜਨ ਦੀ ਆਗਿਆ ਦਿੱਤੀ ਸੀ ਅਤੇ ਖਡੂਰ ਸਾਹਿਬ ਦੇ ਲੋਕਾਂ ਨੇ ਉਸਨੂੰ ਭਾਰੀ ਬਹੁਮਤ 1,97,000 ਵੋਟਾਂ ਦੀ ਲੀਡ ਦੇ ਨਾਲ ਜਿਤਾਇਆ ਹੈ। ਅੰਮ੍ਰਿਤਪਾਲ ਸਿੰਘ ਪੰਜਾਬ ਦੀ ਆਵਾਜ਼ ਬਣਿਆ ਅਤੇ ਲੋਕਾਂ ਨੇ ਉਸਨੂੰ ਵੋਟਾਂ ਪਾ ਕੇ ਹਲਕੇ ਦੀਆਂ ਮੁਸ਼ਕਲਾਂ ਅਤੇ ਪੰਜਾਬ ਦੇ ਮੁੱਦਿਆਂ ਨੂੰ ਪੇਸ਼ ਕਰਨ ਦੇ ਅਧਿਕਾਰ ਦਿੱਤੇ ਨੇ। ਅਟਾਰਨੀ ਦਾ ਕਹਿਣਾ ਹੈ ਕਿ ਮਾਨਯੋਗ ਭਾਰਤੀ ਮੂਲ ਦੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਦਫ਼ਤਰ ਨੇ ਇਸ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ ਅਤੇ ਇਸ ਸਾਰੀ ਕਾਰਵਾਈ ਸੰਬੰਧੀ ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਣ ਵਾਲੇ ਕਿਸੇ ਵੀ ਵਿਅਕਤੀ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ, ਇਹ ਵੀ ਗੱਲ ਆਖੀ ਗਈ ਹੈ। ਅਟਾਰਨੀ ਦਾ ਕਹਿਣਾ ਸੀ ਕਿ ਉਸ 'ਤੇ ਕੇਸ ਵੱਖਰੇ ਤੌਰ 'ਤੇ ਚਲਾਇਆ ਜਾ ਸਕਦਾ ਹੈ ਪਰ ਨੈਸ਼ਨਲ ਸਿਕਿਉਰਿਟੀ ਐਕਟ ਯਾਨੀ ਕਿ NSA ਦੇ ਅਧੀਨ ਉਸਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਅਤੇ ਉਹ ਭਾਰਤ ਲਈ ਕਿਸੇ ਵੀ ਪਾਸੇ ਤੋਂ ਖਤਰਾ ਨਹੀਂ ਹੈ। ਜਿਸਨੇ ਸੰਵਿਧਾਨ ਅਨੁਸਾਰ ਚੋਣ ਲੜ ਕੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੋਵੇ ਉਹਨਾਂ ਕਿਹਾ ਕਿ ਸਰਕਾਰ ਕੇਸ ਚਲਾਵੇ ਪਰ ਲੋਕਾਂ ਦੀ ਆਵਾਜ਼ ਨੂੰ ਬੰਦ ਨਾ ਕਰੇ। ਅਟਾਰਨੀ ਜਸਪ੍ਰੀਤ ਦਾ ਇਹ ਵੀ ਕਹਿਣਾ ਸੀ ਕਿ ਅਗਲਾ ਪੜਾਅ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੋਵੇਗਾ ਜੇਕਰ ਸੈਸ਼ਨ ਤੋਂ ਪਹਿਲਾਂ ਅੰਮ੍ਰਿਤਪਾਲ ਦੀ ਰਿਹਾਈ ਨਾ ਕੀਤੀ ਗਈ। ਇਸ ਵਾਸਤੇ ਭਾਰਤ ਸਰਕਾਰ 'ਤੇ ਦਬਾਅ ਬਣਾਉਣ ਦੀ ਵੀ ਗੱਲ ਆਖੀ ਗਈ ਹੈ। ਪਾਰਲੀਮੈਂਟਰੀ ਬਜਟ ਅਫਸਰ ਦੇ ਬਿਆਨ ਦੇ ਮੁਤਾਬਿਕ ਆਟੋਮੈਟਿਕ ਟੈਕਸ ਭਰਨ ਦੇ ਨਾਲ ਕੈਨੇਡੀਅਨਾਂ ਨੂੰ ਅਰਬਾਂ ਦੇ ਲਾਵਾਰਿਸ ਲਾਭ ਮਿਲ ਸਕਦੇ ਨੇ। ਪਾਰਲੀਮੈਂਟਰੀ ਬਜਟ ਅਫਸਰ ਨੇ ਬੀਤੇ ਦਿਨ ਕੈਨੇਡਾ ਰੈਵਨਿਊ ਏਜੰਸੀ ਤੋਂ ਆਟੋਮੇਟਿਡ ਟੈਕਸ ਫਾਈਲਿੰਗ ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ਰਿਪੋਰਟ ਦੇ ਵਿੱਚ ਹੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਫੈਡਰਲ ਫਿਸਕਲ ਵਾਚਡੌਗ ਦੇ ਅਨੁਸਾਰ ਇੱਕ ਆਟੋਮੈਟਿਕ ਟੈਕਸ ਫਾਈਲਿੰਗ ਪ੍ਰਣਾਲੀ ਨੂੰ ਰੋਲ ਆਊਟ ਕਰਨ ਦਾ ਮਤਲਬ ਹੋਵੇਗਾ ਕਿ ਕੈਨੇਡੀਅਨਾਂ ਨੂੰ ਹਰ ਸਾਲ $1 ਬਿਲੀਅਨ ਤੋਂ ਵੱਧ ਆਪਣੀ ਟੈਕਸ ਰਿਟਰਨ ਫਾਈਲ ਨਾ ਕਰਨ ਦੇ ਮੌਜੂਦਾ ਲਾਵਾਰਿਸ ਲਾਭਾਂ ਵਿੱਚ ਪ੍ਰਾਪਤ ਹੋਣਗੇ। ਪਾਰਲੀਮੈਂਟਰੀ ਬਜਟ ਅਫਸਰ ਨੇ ਬੀਤੇ ਦਿਨ ਕੈਨੇਡਾ ਰੈਵਨਿਊ ਏਜੰਸੀ ਤੋਂ ਆਟੋਮੇਟਿਡ ਟੈਕਸ ਫਾਈਲਿੰਗ ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਲਿਬਰਲਾਂ ਦੇ ਸਾਲ 2023 ਫੈਡਰਲ ਬਜਟ ਵਿੱਚ ਸਭ ਤੋਂ ਪਹਿਲਾਂ ਪ੍ਰਸਤਾਵਿਤ CRA ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਇਸ ਗਰਮੀਆਂ ਵਿੱਚ ਸੇਵਾ ਲਈ ਸੱਦੇ ਭੇਜਣੇ ਸ਼ੁਰੂ ਕਰ ਦੇਵੇਗਾ। ਹਾਲਾਂਕਿ PBO ਨੋਟ ਕਰਦਾ ਹੈ ਕਿ ਏਜੰਸੀ ਆਟੋਮੈਟਿਕ ਟੈਕਸ ਰਿਟਰਨਾਂ ਦੀ ਪ੍ਰਕਿਰਿਆ ਕਦੋਂ ਸ਼ੁਰੂ ਕਰੇਗੀ ਇਸ ਬਾਰੇ ਕੋਈ ਸਮਾਂ ਸੀਮਾ ਦਾ ਹੋਰ ਕੋਈ ਸੰਕੇਤ ਨਹੀਂ ਹੈ। ਪਾਇਲਟ ਪ੍ਰੋਗਰਾਮ ਤੋਂ ਘੱਟ ਆਮਦਨੀ ਵਾਲੇ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾਉਣ ਦੀ ਉਮੀਦ ਕੀਤੀ ਜਾਂਦੀ ਹੈ। ਜਿਨ੍ਹਾਂ ਨੇ ਪਹਿਲਾਂ ਕਦੇ ਵੀ ਟੈਕਸ ਰਿਟਰਨ ਨਹੀਂ ਭਰੀ ਜਾਂ ਟੈਕਸ ਦਾਤਾ ਜਿਨ੍ਹਾਂ ਦੇ ਫਾਈਲਿੰਗ ਇਤਿਹਾਸ ਵਿੱਚ ਪਾੜੇ ਹੋ ਸਕਦੇ ਨੇ। ਕਾਰਲਟਨ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੁਆਰਾ ਸਹਿ ਲੇਖਕ 2020 ਦੀ ਰਿਪੋਰਟ ਦਾ ਅੰਦਾਜ਼ਾ ਲਗਾਇਆ ਗਿਆ ਹੈ ਕਿ 10-12% ਕੈਨੇਡੀਅਨ ਆਪਣੇ ਟੈਕਸ ਦਾਇਰ ਨਹੀਂ ਕਰਦੇ। CRA ਦੇ ਅੰਦਰੂਨੀ ਅੰਦਾਜ਼ੇ ਇਸ ਸੰਖਿਆ ਨੂੰ 7% ਦੇ ਨੇੜੇ ਪਾਉਂਦੇ ਨੇ। ਟੈਕਸ ਰਿਟਰਨ ਨਾ ਭਰਨ ਦੀ ਸਮੱਸਿਆ ਇਹ ਹੈ ਕਿ ਵਿਅਕਤੀ ਸਰਕਾਰ ਤੋਂ ਵੱਡੇ ਟੈਕਸ ਕ੍ਰੈਡਿਟ ਅਤੇ ਹੋਰ ਲਾਭਾਂ ਤੋਂ ਖੁੰਝ ਸਕਦੇ ਨੇ। PBO ਨੇ ਬੀਤੇ ਦਿਨ ਜਾਰੀ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕੈਨੇਡੀਅਨਾਂ ਨੂੰ ਇਸ ਵਿੱਤੀ ਸਾਲ ਵਿੱਚ $1.6 ਬਿਲੀਅਨ ਤੋਂ ਵੱਧ ਲਾਭ ਮਿਲਣਗੇ ਜੇਕਰ ਆਟੋਮੈਟਿਡ ਟੈਕਸ ਫਾਈਲਿੰਗ ਪ੍ਰਣਾਲੀ ਨੂੰ ਲਾਗੂ ਕੀਤਾ ਜਾਂਦਾ ਹੈ ਅਤੇ ਸਾਰੇ ਯੋਗ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਹ ਵਿੱਤੀ ਸਾਲ 2028-29 ਵਿੱਚ 5 ਸਾਲਾਂ ਦੀ ਦੂਰੀ ਦੇ ਅੰਤ ਵਿੱਚ ਵੱਧ ਕੇ $1.9 ਬਿਲੀਅਨ ਹੋ ਗਿਆ ਹੈ। ਇਹ ਅੰਕੜੇ ਕੈਨੇਡਾ ਚਾਈਲਡ ਬੈਨੀਫਿਟ, ਕੈਨੇਡਾ ਵਰਕਰਸ ਬੈਨੀਫਿਟ ਅਤੇ GST, HST ਟੈਕਸ ਕ੍ਰੈਡਿਟ ਵਰਗੇ ਲਾਭਾਂ ਵਿੱਚ ਕੈਨੇਡੀਅਨਾਂ ਨੂੰ ਅਦਾ ਕੀਤੀਆਂ ਕੁੱਲ ਰਕਮਾਂ ਨੂੰ ਦਰਸਾਉਂਦੇ ਨੇ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਇੱਕ ਵਿਅਕਤੀ ਨੂੰ ਟੈਕਸ ਰਿਟਰਨ ਫਾਈਲ ਕਰਨ ਦੀ ਲੋੜ ਹੁੰਦੀ ਹੈ।
ਇਹ ਇਹ ਵੀ ਮੰਨਦਾ ਹੈ ਕਿ CRA ਦਾ ਸਿਸਟਮ ਸਾਰੇ ਯੋਗ ਨਾਨ ਫਾਈਲਰਾਂ ਨੂੰ ਹਿੱਟ ਕਰਦਾ ਹੈ ਜਿਨ੍ਹਾਂ ਲਈ ਇਸ ਕੋਲ ਲੋੜੀਂਦੀ ਜਾਣਕਾਰੀ ਹੈ। ਆਟੋਮੈਟਿਕ ਟੈਕਸ ਭਰਨ ਨਾਲ ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈਕ ਤੋਂ ਇਲਾਵਾ ਹੋਰ ਸੂਬਿਆਂ ਵਿੱਚ ਕੈਨੇਡਾ ਕਾਰਬਨ ਛੋਟ ਪ੍ਰਾਪਤ ਕਰਨ ਵਾਲੇ ਕੈਨੇਡੀਅਨ ਪਰਿਵਾਰਾਂ ਦੀ ਗਿਣਤੀ ਵੀ ਵਧੇਗੀ। ਪਰ PBO ਨੋਟ ਕਰਦਾ ਹੈ ਕਿ ਇਸ ਨਾਲ ਸਰਕਾਰ ਨੂੰ ਕੋਈ ਸ਼ੁੱਧ ਲਾਗਤ ਨਹੀਂ ਮਿਲੇਗੀ। ਇਸ ਦੀ ਬਜਾਏ ਇਹ ਵਿਅਕਤੀਗਤ ਪਰਿਵਾਰਾਂ ਨੂੰ ਛੋਟ ਤੋਂ ਪ੍ਰਾਪਤ ਹੋਣ ਵਾਲੀ ਰਕਮ ਨੂੰ ਘਟਾ ਸਕਦਾ ਹੈ ਕਿਉਂਕਿ ਵਧੇਰੇ ਕੈਨੇਡੀਅਨ ਫੰਡਾਂ ਦੇ ਸਿੰਗਲ ਪੂਲ ਵਿੱਚ ਹਿੱਸਾ ਲੈਣਗੇ। ਵਿਸ਼ਲੇਸ਼ਣ ਦੇ ਅਨੁਸਾਰ ਸਿਸਟਮ ਨੂੰ ਚਲਾਉਣ ਲਈ ਪ੍ਰਬੰਧਕੀ ਖਰਚੇ ਸੰਚਾਲਨ ਦੇ ਪਹਿਲੇ ਸਾਲ ਵਿੱਚ $57 million ਦੀ ਰਕਮ ਹੋਵੇਗੀ। PBO ਨੇ ਕਿਹਾ ਕਿ ਇਹ ਆਪਣੇ ਵਿਸ਼ਲੇਸ਼ਣ ਵਿੱਚ ਸੀਮਿਤ ਹੈ। ਪ੍ਰੋਗਰਾਮ ਦੇ ਰੋਲ ਆਊਟ ਬਾਰੇ ਸਪਸ਼ਟੀਕਰਨ ਤੋਂ ਬਿਨਾਂ ਇਹ ਦੱਸਣ ਦਾ ਕੋਈ ਪੱਕਾ ਤਰੀਕਾ ਨਹੀਂ ਹੈ ਕਿ ਆਟੋਮੈਟਿਕ ਟੈਕਸ ਫਾਈਲਿੰਗ ਸਕੀਮ ਵਿੱਚ ਕਿੰਨੇ ਕੈਨੇਡੀਅਨ ਕੈਪਚਰ ਕੀਤੇ ਜਾਣਗੇ। ਇਸ ਨੇ ਇਹ ਵੀ ਕਿਹਾ ਹੈ ਕਿ ਇਸ ਦੀ ਰਿਪੋਰਟ ਐਗਰੀਗੇਟਸ 'ਤੇ ਆਧਾਰਿਤ ਹੈ ਜਿਸ ਨਾਲ ਇਹ ਕਹਿਣਾ ਮੁਸ਼ਕਲ ਹੋ ਜਾਂਦਾ ਹੈ ਕਿ ਇੱਕ ਵਿਅਕਤੀ ਨੂੰ ਆਟੋਮੈਟਿਕ ਟੈਕਸ ਰਿਟਰਨ ਭਰਨ ਨਾਲ ਕਿੰਨਾ ਲਾਭ ਹੋਵੇਗਾ। CRA ਫੋਨ ਸਿਸਟਮ ਦੁਆਰਾ ਇਸ ਦੀ ਸਿੰਪਲ ਫਾਈਲ ਦਾ ਵਿਸਤਾਰ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਇੱਕ ਅਜਿਹਾ ਪ੍ਰੋਗਰਾਮ ਜਿਸ ਵਿੱਚ CRA ਏਜੰਟ ਸ਼ਾਮਿਲ ਹੁੰਦੇ ਨੇ ਜੋ ਕਾਲ ਦੇ ਅੰਤ ਤੱਕ ਇੱਕ ਰਿਫੰਡ ਅਨੁਮਾਨ ਦੇ ਨਾਲ ਫੋਨ ਉੱਤੇ ਸਧਾਰਨ ਸਵਾਲ ਪੁੱਛਦੇ ਨੇ। ਇਸ ਟੈਕਸ ਸਾਲ ਲਈ ਇਸ ਸੇਵਾ ਲਈ ਕੁਝ 1.5 million ਸੱਦੇ ਜਾਰੀ ਕੀਤੇ ਗਏ ਸਨ ਜੋ ਪਿਛਲੇ ਸਾਲ 7 lakh ਤੋਂ ਵੱਧ ਸਨ। ਇਸ ਨੂੰ 20 lakh ਸੱਦਿਆਂ ਤੱਕ ਵਧਾਉਣ ਦੀ ਉਮੀਦ ਦੇ ਨਾਲ ਇਹ ਵਾਧਾ ਕੀਤਾ ਗਿਆ ਹੈ। PBO ਪੈਗਸ ਦੀ ਕੀਮਤ 2 ਸਾਲਾਂ ਵਿੱਚ $2 million ਵਿੱਚ ਫੋਨ ਦੁਆਰਾ ਸਿੰਪਲ ਫਾਈਲ ਨੂੰ ਵਧਾਉਣ ਲਈ ਹੈ। ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ 'ਤੇ। ਫਰੰਟਲਾਈਨ ਵਰਕਰਾਂ ਲਈ ਛੇਤੀ ਪੈਨਸ਼ਨ ਨਿਯੁਕਤਾਂ ਨੂੰ ਵਧਾਉਣ ਦੀ ਬਣਾਈ ਯੋਜਨਾ। ਇਸ ਸਾਲ ਫਾਲ ਸੀਜ਼ਨ ਦੇ ਵਿੱਚ ਵਿਧਾਨਕ ਬਦਲਾਅ ਕੀਤਾ ਜਾਵੇਗਾ ਪੇਸ਼। ਪੇਂਡੂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰੇਗੀ ਸਰਕਾਰ। ਨਗਰ ਪਾਲਿਕਾਵਾਂ ਨੂੰ ਵੀ ਮਿਲਣਗੀਆਂ ਗ੍ਰਾਂਟਾਂ। ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਦੇ ਵਿੱਚ ਹੋ ਸਕਦੀਆਂ ਨੇ ਤਬਦੀਲੀਆਂ। ਵੱਡੀ ਗਿਣਤੀ ਦੇ ਵਿੱਚ ਪ੍ਰਭਾਵਿਤ ਹੋਣਗੇ ਭਾਰਤੀ ਵਿਦਿਆਰਥੀ। ਵਾਈਟ ਹਾਊਸ ਪਹੁੰਚਿਆ ਅੰਮ੍ਰਿਤਪਾਲ ਦੀ ਰਿਹਾਈ ਦਾ ਮੁੱਦਾ। ਕਮਲਾ ਹੈਰਿਸ ਦੇ ਨਾਲ ਅਟਾਰਨੀ ਜਸਪ੍ਰੀਤ ਨੇ ਕੀਤੀ ਮੁਲਾਕਾਤ। ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ। ਕੱਲ੍ਹ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।